ਦੇਸ਼ ਵਿਦੇਸ਼ ਵਿੱਚ ਬੈਠੀਆਂ ਪ੍ਰੋਗਰਾਮ ਏਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ, ਗੁਰਪ੍ਰੀਤ ਸਿੰਘ ਵੱਲੋਂ ਜੀਆਂ ਨੂੰ, ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ ਸਵਾਗਤ ਹੈ ਜੀ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਇਸ ਪਰ ਥਾਈ ਅਸੀਂ ਪਿਛਲੇ ਦਿਨੀ ਵਿਚਾਰਾਂ ਦੀ ਸਾਂਝ ਪਾਈ, ਸੁਣਨ ਦੀ ਮਹਾਨਤਾ ਜੋ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਉਹਦੀ ਵਿਚਾਰਾਂ ਦੀ ਆਪਾਂ ਸਾਂਝ ਪਾਈ ਸੀ, ਅਤੇ ਅੱਜ ਥੋੜ੍ਹਾ ਜਿਹਾ ਇਸ ਵਿਸ਼ੇ ਨੂੰ ਅਸੀਂ ਹੋਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਕਿ ਦੁੱਖ ਅਤੇ ਪਾਪ ਦੀ ਜਿਹੜੀ ਗੱਲ ਹੈ ਉਹ ਕੀ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਦਾ ਸਬੱਬ ਬਣਦੀਆਂ ਨੇ ਸਾਡੇ ਵਾਸਤੇ। ਇਹਨਾਂ ਦੇ ਪਰਥਾਏ ਸਾਡੀ ਇਹ ਚਰਚਾ ਜਾਰੀ ਰਹਿਣੀ ਹੈ। ਸਾਡੇ ਨਾਲ ਗਿਆਨੀ ਕੁਲਵਿੰਦਰ ਸਿੰਘ ਜੀ ਮੌਜੂਦ ਨੇ ਜੋ ਕਿ ਗੁਰਮਤਿ ਪ੍ਰਚਾਰਕ ਨੇ, ਨਾਲ ਹੀ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਸਕੂਲ ਜਿਹੜਾ ਭੋਗਪੁਰ ਵਿਖੇ, ਉੱਥੇ ਇਹ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੇ ਨਾਲ ਵੀ ਜੋੜਦੇ ਪਏ ਨੇ। ਸੋ ਗਿਆਨੀ ਜੀ, ਤੁਹਾਡਾ ਸਵਾਗਤ ਕਰਦੇ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੁਣਨ ਦੀ ਗੱਲ, ਜਿੱਦਾਂ ਆਪਾਂ ਪਿਛਲੇ ਦਿਨੀ ਉਹਦੀ ਥੋੜ੍ਹੀ ਸਾਂਝ ਪਾਈ ਸੀ, ਇਹਦੇ ਵਿੱਚ ਦੁੱਖ ਅਤੇ ਪਾਪ ਦੀ ਗੱਲ ਸਾਡੇ ਵਾਸਤੇ ਸਾਹਮਣੇ ਆਉਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਮੈਂ ਸਮਝਦਾ ਇਹਦੀ ਅੱਜ ਹੋਰ ਵਿਸਥਾਰ ਆਪਾਂ ਕੁਝ ਕਰਦੇ ਹਾਂ ਜੀ ਅੱਗੋਂ। ਹਾਂਜੀ ਵੀਰ ਜੀ, ਪਿਛਲੇ ਸਮੇਂ ਆਪਾਂ ਸੁਣਿਆ ਦੁੱਖ ਪਾਪ ਕਾ ਨਾਸ, ਇਸ ਪੰਕਤੀ ਨੂੰ ਆਪਾਂ ਆਧਾਰ ਬਣਾ ਕੇ ਵਿਚਾਰਾਂ ਆਪਾਂ ਪੇਸ਼ ਵਿਚਾਰਾਂ ਦੀ ਸਾਂਝ ਆਪਾਂ ਕੀਤੀ ਸੀ, ਜਿਨ੍ਹਾਂ ਦੇ ਵਿੱਚ ਆਪਾਂ ਸੁਣਨ ਦੀ ਮਹਾਨਤਾ, ਸੁਣਨ ਦੇ ਕੀ ਫਾਇਦੇ ਹਨ, ਇਹਨਾਂ ਦੇ ਬਾਰੇ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਜੋ ਅਗਲਾ ਇਸ ਪੰਕਤੀ ਦਾ ਹਿੱਸਾ ਹੈ ਉਹ ਹੈ ਦੁੱਖ ਪਾਪ ਕਾ ਨਾਸ। ਸਭ ਤੋਂ ਪਹਿਲਾਂ ਆਪਾਂ ਦੁੱਖ ਦੀ ਗੱਲ ਕਰਾਂਗੇ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਸੁੱਖਾਂ ਦਾ ਸਾਗਰ ਹਨ, ਸਾਨੂੰ ਇਹਨਾਂ 'ਚੋਂ ਦੁੱਖ ਨਹੀਂ ਮਿਲਦੇ, ਲੇਕਿਨ ਦੁੱਖ ਦੀ ਜਿਹੜੀ ਉਪਜ ਹੈ ਉਹ ਇੱਕ ਮਨੁੱਖ ਦੀ ਆਪਣੀ ਉਪਜ ਹੈ, ਆਪਣੇ ਕਰਮਾਂ ਕਰਕੇ ਹੀ ਉਹ ਦੁਖੀ ਹੋ ਰਿਹਾ ਹੈ। ਦੁੱਖ ਉਹਨੂੰ ਕਿਤੋਂ ਬਾਹਰੋਂ ਨਹੀਂ ਮਿਲਦੇ, ਨਾ ਉਹਨੂੰ ਕੋਈ ਬਾਹਰੋਂ ਦੁਖੀ ਕਰ ਰਿਹਾ ਹੈ, ਦੁੱਖ ਉਹਦੇ ਆਪਣੇ ਕੀਤੇ ਹੋਏ ਕਰਮਾਂ ਦਾ ਹੀ ਫਲ। ਅਸੀਂ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕਹਿ ਨੇੜੇ ਕਹਿ ਦੂਰ। ਉਹ ਆਪਣੇ ਕਰਮਾਂ ਕਰਕੇ ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਹ ਸੁਖੀ ਹੈ। ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ, ਜਿਹਨੂੰ ਆਪਾਂ ਪੜ੍ਹਦੇ ਹਾਂ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ, ਅਸੀਂ 12 ਮਹਾਂ ਜਦੋਂ ਸ਼ੁਰੂਆਤ ਕਰਦੇ ਹਾਂ ਮਾਝ ਰਾਗ ਦੇ ਵਿੱਚ, ਸਭ ਤੋਂ ਪਹਿਲਾ ਬਚਨ ਇਹ ਹੁੰਦਾ ਕਿ ਅਸੀਂ ਆਪਣੇ ਕਰਮਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਛੜੇ ਹੋਏ ਹਾਂ, ਜਿਹਦੇ ਕਰਕੇ ਅਸੀਂ ਦੁਖੀ ਹਾਂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਰ ਦੁੱਖਾਂ ਨੂੰ ਸਭ ਤੋਂ ਜ਼ਿਆਦਾ ਮੰਨਿਆ ਗਿਆ ਹੈ। ਵੈਸੇ ਤਾਂ ਦੁੱਖ ਬਹੁਤ ਹਨ, ਲੇਕਿਨ ਚਾਰ ਦੁੱਖਾਂ ਦੀ ਗੱਲ ਜਿਹੜੀ ਹੈ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਕੀਤੀ ਗਈ ਹੈ। ਦੁੱਖ ਵਿਛੋੜਾ, ਪਹਿਲਾ ਦੁੱਖ ਜਿਹੜਾ ਹੈ ਉਹ ਵਿਛੋੜੇ ਦਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਹਿਲਾ ਦੁੱਖ ਵਿਛੋੜੇ ਦਾ, ਦੂਸਰਾ ਦੁੱਖ ਜਿਹੜਾ ਭੁੱਖ ਦਾ, ਉਹ ਭੁੱਖ ਸੰਸਾਰਿਕ ਭੁੱਖ ਵੀ ਹੋ ਸਕਦੀ ਹੈ, ਉਹ ਭੁੱਖ ਜਿਹੜੀ ਹੈ ਸਾਡੀ ਕਿਸੇ ਚੀਜ਼ ਦੀ ਪ੍ਰਾਪਤੀ ਦੇ ਲਈ ਸਾਡੇ ਅੰਦਰ ਪੈਦਾ ਹੋਈ ਤ੍ਰਿਸ਼ਨਾ ਵੀ ਹੋ ਸਕਦੀ ਹੈ। ਦੂਸਰਾ ਜਿਹੜਾ
ਤੀਸਰਾ ਜਿਹੜਾ ਦੁੱਖ ਹੈ, ਗੁਰੂ ਨਾਨਕ ਸਾਹਿਬ ਗੱਲ ਕਰਦੇ ਹਨ, ਉਹ ਦੁੱਖ ਗੱਲ ਕਰਦੇ ਹਨ ਮੌਤ ਦਾ। ਇਹ ਜਿਹੜਾ ਮੌਤ ਦਾ ਡਰ ਹੈ ਜੀ, ਇਹ ਜਿਹੜਾ ਦੁੱਖ ਹੈ ਮੌਤ ਦਾ, ਇਹ ਤਕਰੀਬਨ ਸਾਰਿਆਂ ਨੂੰ ਬਹੁਤ ਜ਼ਿਆਦਾ ਹੈ, ਚਾਹੇ ਉਹ ਕਿਸੇ ਵੀ ਧਰਮ 'ਚ ਹੋਵੇ ਜੀ। ਉਸ ਤੋਂ ਬਾਅਦ ਚੌਥਾ ਜਿਹੜਾ ਦੁੱਖ ਹੈ, ਉਹ ਦੁੱਖ ਹੈ ਕਿ ਜਦੋਂ ਸਾਡਾ ਸਰੀਰ ਰੋਗ ਗ੍ਰਸਤ ਹੋ ਜਾਂਦਾ ਹੈ। ਹੁਣ ਦੁੱਖ ਕੀ ਹੈ? ਦੁੱਖ ਇੱਕ ਰੋਗ ਹੈ। ਇਸ ਰੋਗ ਤੋਂ ਕੋਈ ਵੀ ਇਨਸਾਨ ਜਿਹੜਾ ਨਾ, ਉਹ ਅੱਜ ਤੱਕ ਨਹੀਂ ਬਚਿਆ ਜੀ। ਸੰਸਾਰਿਕ ਰੂਪ ਦੇ ਵਿੱਚ ਆਪਾਂ ਦੇਖੀਏ, ਅਮੀਰ ਵੀ ਦੁਖੀ ਹੈ, ਗਰੀਬ ਵੀ ਦੁਖੀ ਹੈ, ਜਿਹੜਾ ਇੱਕ ਮਿਡਲ ਕਲਾਸ ਫੈਮਿਲੀ ਦਾ ਇਨਸਾਨ ਹੈ ਉਹ ਵੀ ਦੁਖੀ ਹੈ। ਇਹ ਆਪਾਂ ਇੱਕ ਸੰਸਾਰੀ ਗੱਲਾਂ ਕਰ ਰਹੇ ਹਾਂ ਜੀ। ਹੁਣ ਅਮੀਰ ਨੂੰ ਇਹ ਦੁੱਖ ਹੈ ਕਿ ਜੋ ਕੁਛ ਮੇਰੇ ਕੋਲ ਹੈ ਕਿਤੇ ਉਹ ਘੱਟ ਨਾ ਜਾਵੇ, ਜਾਂ ਉਹ ਕੋਈ ਚੋਰ ਆ ਕੇ ਉਹਨੂੰ ਲੈ ਨਾ ਜਾਵੇ, ਪ੍ਰੋਪਰਟੀ ਦੀ ਜੇ ਆਪਾਂ ਗੱਲ ਕਰ ਲਈਏ। ਉਸ ਤੋਂ ਬਾਅਦ ਜਿਹੜਾ ਗਰੀਬ ਹੈ ਉਹ ਇਸ ਕਰਕੇ ਦੁਖੀ ਹੈ ਕਿ ਉਹਦੇ ਅੰਦਰ ਇੱਕ ਅਮੀਰ ਬਣਨ ਦੀ ਚਾਹਤ ਹੈ। ਹੁਣ ਜਿਹੜਾ ਵਿਚਕਾਰਲਾ ਮਿਡਲ ਜਿਹਨੂੰ ਆਪਾਂ ਮਿਡਲ ਕਲਾਸ ਕਹਿ ਦਿੰਦੇ ਹਾਂ, ਉਹ ਵਿਚਾਰਾ ਨਾ ਤਾਂ ਅਮੀਰ ਹੈ ਅਤੇ ਨਾ ਗਰੀਬ ਹੈ, ਉਹ ਇੱਥੋਂ ਤੱਕ ਦੁਖੀ ਹੈ ਕਿ ਜੋ ਕੁਛ ਮੈਂ ਕਮਾ ਰਿਹਾ ਕਿ ਉਹਦੇ ਨਾਲ ਮੇਰਾ ਨਿਰਵਾਹ, ਬੱਚਿਆਂ ਦਾ ਨਿਰਵਾਹ ਸਹੀ ਹੋਵੇਗਾ ਜਾਂ ਨਹੀਂ ਹੋਵੇਗਾ, ਉਹਦੇ ਅੰਦਰ ਵੀ ਇੱਕ ਦੁੱਖ ਹੈ, ਉਹਦੇ ਅੰਦਰ ਵੀ ਇੱਕ ਚਿੰਤਾ ਹੈ, ਉਹਦੇ ਅੰਦਰ ਵੀ ਇੱਕ ਝੋਰਾ ਜਿਹੜਾ ਉਹ ਬਣਿਆ ਹੋਇਆ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਹਰ ਇਨਸਾਨ ਜਿਹੜਾ ਆਪਣੇ ਤਾਲ ਤੋਂ ਖੁੰਝਿਆ ਹੋਇਆ ਨਾ, ਉਹ ਦੁਖੀ ਹੈ। ਅਸੀਂ ਬਾਣੀ 'ਚ ਸ਼ਬਦ ਪੜ੍ਹਦੇ ਹਾਂ, ਬਚਨ ਪੜ੍ਹਦੇ ਹਾਂ, ਵੇਦਾਂ ਮੈਂ ਨਾਮ ਉੱਤਮ ਸੁਣੇ ਨਾਹੀਂ ਫਿਰੇ ਜੀਓ ਬੇਤਾਲਿਆ। ਬੇਤਾਲਿਆ ਦਾ ਮਤਲਬ ਕਿ ਉਹ ਆਪਣੇ ਤਾਲ ਤੋਂ ਖੁੰਝਿਆ ਹੋਇਆ ਹੈ, ਕਹਿਣ ਤੋਂ ਭਾਵ ਕਿ ਉਹ ਦੁਖੀ ਹੈ। ਵੇਦਾਂ ਮੈਂ ਨਾਮ ਉੱਤਮ ਸੁਣੇ ਨਾਹੀਂ ਫਿਰੇ ਜੀਓ ਬੇਤਾਲਿਆ। ਅਤੇ ਮੈਂ ਇੱਥੇ ਦੇਖਦਾ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਨੂੰ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਅਤੇ ਇੱਥੇ ਤਾਂ ਉਹਨਾਂ ਇਨਸਾਨਾਂ ਨੂੰ ਵੀ ਦੁਨੀਆ ਨੇ ਮਾੜਾ ਕਹਿ ਦਿੱਤਾ ਜਿਹੜੇ ਆਪਣੇ ਤਾਲ 'ਤੇ ਚੱਲ ਰਹੇ ਸਨ ਜੀ, ਜਿਹੜੇ ਤਾਲ ਤੋਂ ਖੁੰਝਿਆ ਹੋਇਆ ਅਤੇ ਦੁਖੀ ਹੈ ਹੀ ਹੈ, ਉਹਨਾਂ ਨੂੰ ਤਾਂ ਲੋਕਾਂ ਨੇ ਮਾੜਾ ਕਹਿਣਾ ਹੀ ਕਹਿਣਾ। ਲੇਕਿਨ ਜਿਹੜੇ ਇਨਸਾਨ ਆਪਣੇ ਤਾਲ 'ਤੇ ਚੱਲ ਰਹੇ ਆ, ਆਪਣੇ ਸਿੱਧੇ ਰਸਤੇ 'ਤੇ ਚੱਲ ਰਹੇ ਆ ਨਾ, ਉਹਨਾਂ ਨੂੰ ਵੀ ਲੋਕਾਂ ਨੇ ਭੂਤਨਾ ਕਹਿ ਦਿੱਤਾ, ਉਹਨਾਂ ਨੂੰ ਵੀ ਲੋਕਾਂ ਨੇ ਬੇਤਾਲਾ ਕਹਿ ਦਿੱਤਾ। ਹਾਲਾਂਕਿ ਬੇਤਾਲਾ ਉਹ ਹੈ ਜਿਹੜਾ ਆਪਣੇ ਤਾਲ ਤੋਂ ਖੁੰਝਿਆ ਹੋਇਆ। ਹੁਣ ਜੇਕਰ ਆਪਾਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਦੇਖੀਏ ਕਿ ਉਹ ਆਪਣੇ ਤਾਲ ਤੋਂ ਖੁੰਝੇ ਹੋਏ ਸਨ, ਸਵਾਲ ਨਹੀਂ ਪੈਦਾ ਹੁੰਦਾ। ਬਿਲਕੁਲ, ਇਨਸਾਨ ਜਿਹੜਾ ਨਾ, ਕਹਿ ਲਓ ਕਿ ਜਦੋਂ ਸਰੀਰ ਦੇ ਵਿੱਚ ਕੋਈ ਤਾਕਤ ਵਿਚਰਦੀ ਹੈ ਤਾਂ ਬਹੁਤ ਘੱਟ ਲੋਕ ਹੁੰਦੇ ਜਿਹੜੇ ਇਹਨੂੰ ਸਮਝ ਪਾਉਂਦੇ, ਇਹ ਦੁਨੀਆ ਦਾ ਦੁਖਾਂਤ ਕਹਿ ਲਓ, ਅਤੇ ਜਾਂ ਉਹ ਤਾਕਤ ਖੁਦ ਹੀ ਇੰਨਾ ਕੁ ਭੁਲੇਖਾ ਜਿਹਾ ਪਾ ਛੱਡਦੀ, ਕਿਉਂਕਿ ਜੇਕਰ ਸਾਰੀ ਦੁਨੀਆ ਹੀ ਉਹਦੇ ਮਗਰ ਧਾ ਕੇ ਪੈ ਜਾਏਗੀ, ਫਿਰ ਸ਼ਾਇਦ ਉਹ ਜਿਹੜੇ ਮਿਸ਼ਨ ਲੈ ਕੇ ਜਾਂ ਜਿਹੜੇ ਕਾਰਜ ਵਾਸਤੇ ਉਹ ਆਏ ਹੁੰਦੇ ਨੇ ਉਹ ਨਹੀਂ ਕਰ ਪਾਉਣਗੇ, ਕਿਉਂਕਿ ਇਸ ਵਾਸਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਵੀ ਕਈਆਂ ਨੇ, ਖੁਦ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਇਸਦਾ ਜ਼ਿਕਰ ਕੀਤਾ ਕਿ ਕੋਈ ਆਖਿਆ ਭੂਤ ਨਾ, ਕੋਈ ਕਹੇ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਸੋ ਪਿਆ ਦੇਵਾਨਾ ਸ਼ਾਕਾ ਨਾਨਕ ਬੋਰਾ ਨਾ ਹਉ ਹਰ ਬਿਨ ਅਵਰ ਨਿਰਾਣਾ, ਕਿ ਤੁਸੀਂ ਮੈਨੂੰ ਜੋ ਮਰਜ਼ੀ ਕਹੋ। ਦੇਖੋ, ਡਾਕਟਰ ਤਾਰਨ ਸਿੰਘ ਦੀ ਇੱਕ ਨਾ ਬੜੀ ਪਿਆਰੀ ਬੁੱਕ ਹੈ, ਭਗਤੀ ਅਤੇ ਸ਼ਕਤੀ। ਉਹਦੇ ਵਿੱਚ ਲਿਖਦੇ ਹੈ ਕਿ ਇੱਕ ਹਰ ਇਨਸਾਨ ਦੀ ਫਿਤਰਤ ਕੀ ਹੈ ਕਿ ਮੈਨੂੰ ਨਾ ਪਰਮਾਤਮਾ ਦੇ ਦਰਸ਼ਨ ਹੋ ਜਾਣ। ਹਰ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ, ਲੇਕਿਨ
ਜਦੋਂ ਕਿਤੇ ਸਬੱਬ ਰੂਪ ਦੇ ਵਿੱਚ ਉਹਦੇ ਸਾਹਮਣੇ ਪਰਮਾਤਮਾ ਆ ਕੇ ਸਾਕਸ਼ਾਤ ਰੂਪ ਦੇ ਵਿੱਚ ਖੜ੍ਹੇ ਹੋ ਜਾਂਦੇ ਆ ਨਾ, ਉਦੋਂ ਉਹ ਪਰਮਾਤਮਾ ਨੂੰ ਕਹਿਣ ਲੱਗ ਪੈਂਦਾ ਵੈ ਭੂਤਨਾ ਅਤੇ ਇਹ ਬੇਤਾਲਾ, ਇਹ ਪਖੰਡੀ ਆ ਗਿਆ, ਪਖੰਡੀ ਆ ਗਿਆ। ਇਸੇ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਪੰਕਤੀਆਂ ਦੇ ਵਿੱਚ ਜਿਹੜਾ ਸੀਗਾ, ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਕਿਸੇ ਤੋਂ ਲੁਕੋਇਆ ਨਹੀਂ। ਹੁਣ ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਲੋਧੀ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਲੱਗੀ ਹੈ, ਅਤੇ ਉਸ ਸਮੇਂ ਲੋਕਾਂ ਨੇ ਉਹਨਾਂ ਨੂੰ ਪਖੰਡੀ ਕਿਹਾ, ਉਸ ਸਮੇਂ ਲੋਕਾਂ ਨੇ ਬੇਤਾਲਾ ਕਿਹਾ, ਉਸ ਸਮੇਂ ਉਹਨਾਂ ਨੇ ਭੂਤਨਾ ਕਿਹਾ ਕਿ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਝਾੜਦਾ। ਹੁਣ ਭੂਤ ਅਤੇ ਭੂਤ ਦਾ ਕੰਮ ਕੀ ਹੈ ਕਿ ਆਪਣਾ ਘਰ ਛੱਡ ਕੇ ਅਤੇ ਲੋਕਾਂ ਦੇ ਘਰਾਂ ਵਿੱਚ ਜਾਣਾ, ਭੂਤ ਦੀ ਇਹ ਡੈਫੀਨੇਸ਼ਨ ਹੈ। ਸੋ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਭੂਤਨਾ ਬੇਤਾਲਾ, ਲੇਕਿਨ ਗੁਰੂ ਨਾਨਕ ਸਾਹਿਬ ਨੇ ਕਿਹਾ ਪਿਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉਂ ਹਰ ਬਿਨ ਅਵਰ ਨਾ ਜਾਣਾ, ਮੈਂ ਕਿਸੇ ਪਰਮਾਤਮਾ ਤੋਂ ਬਗੈਰ ਮੈਂ ਕਿਸੇ ਹੋਰ ਨੂੰ ਕਹਿੰਦੀ ਜਾਣਦਾ ਹੀ ਨਹੀਂ ਗਾ। ਸੋ ਗੱਲ ਚੱਲ ਰਹੀ ਸੀ ਦੁੱਖਾਂ ਦੀ, ਦੁੱਖ ਜਿਹੜੇ ਹਨ ਨਾ ਉਹ ਦੇਖਿਆ ਜਾਵੇ ਤਾਂ ਸਾਡੀਆਂ ਇੱਛਾਵਾਂ ਜਿੰਨੀਆਂ ਜ਼ਿਆਦਾ ਵੱਧਦੀਆਂ ਓਨੇ ਹੀ ਸਾਡੇ ਅੰਦਰ ਦੁੱਖ ਜ਼ਿਆਦਾ ਪੈਦਾ ਹੋਣਗੇ, ਕਿਉਂਕਿ ਅਸੀਂ ਕਈ ਵਾਰੀ ਕੀ ਕਰਦੇ ਹਾਂ, ਅਸੀਂ ਕਿਸੇ ਚੀਜ਼ ਦੀ ਪ੍ਰਾਪਤੀ ਨਾਲ ਲੋੜ ਤੋਂ ਜ਼ਿਆਦਾ ਅਸੀਂ ਆਪਣੀ ਇੱਕ ਝੋਲੀ ਨਹੀਂ ਦੇਖਦੇ ਕਿ ਸਾਡੀ ਝੋਲੀ ਦੇ ਵਿੱਚ। ਭਾਈ ਵੀਰ ਸਿੰਘ ਇੱਕ ਬੜੀ ਪਿਆਰੀ ਗੱਲ ਲਿਖਦੇ, ਉਹਨਾਂ ਦੀ ਬੁੱਕ ਹੈ ਗੁਰਮੁਖ ਸਿੱਖਿਆ, ਉਹ 'ਚ ਕਹਿੰਦੇ ਹੈ ਕਿ ਸਿੱਖ ਦਾ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕਰਨਾ, ਇਹ ਸਿੱਖ ਦਾ ਫਰਜ਼ ਹੈ, ਮੰਗਣਾ ਗੁਰੂ ਗ੍ਰੰਥ ਸਾਹਿਬ ਤੋਂ ਹੈ। ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗਣਾ ਤਾਂ ਕਿਹਕੋ ਮੰਗਣਾ ਜੀ, ਇਹ ਸਿੱਖ ਦਾ ਇੱਕ ਫਰਜ਼ ਹੈ, ਠੀਕ ਹੈ। ਅੱਛਾ ਜੀ, ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅੱਛਾ, ਇਹ ਸਿੱਖ ਦਾ ਫਰਜ਼ ਹੈ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਤੋਂ ਜਾ ਕੇ ਮੰਗਣਾ, ਅਰਦਾਸ ਕਰਨੀ ਹੈ। ਹੁਣ ਅਗਰ ਉਹਦੀ ਅਰਦਾਸ ਪੂਰੀ ਹੋ ਰਹੀ ਹੈ ਤਾਂ ਹੁਣ ਅਗਲਾ ਸਿੱਖ ਦਾ ਫਰਜ਼ ਕੀ ਹੈ ਵੀ ਉਹਦਾ ਸ਼ੁਕਰਾਨਾ ਕਰਨਾ, ਔਰ ਅਗਰ ਉਹਦੀ ਅਰਦਾਸ ਪੂਰੀ ਨਹੀਂ ਹੋ ਰਹੀ ਤਾਂ ਸਿੱਖ ਇਹ ਸਮਝ ਲਵੇ ਵੀ ਜਿਹੜੀ ਚੀਜ਼ ਮੈਂ ਮੰਗੀ ਹੈ ਨਾ, ਮੇਰੀ ਝੋਲੀ ਉਸ ਚੀਜ਼ ਨੂੰ ਲੈਣ ਦੇ ਹਲੇ ਕਾਬਲ ਨਹੀਂ ਹੈ। ਦੇਖੋ ਕਿੰਨੀ ਪਿਆਰੀ ਗੱਲ ਹੈ ਕਿ ਅਗਰ ਅਰਦਾਸ ਪੂਰੀ ਹੋ ਗਈ ਤਾਂ ਸ਼ੁਕਰਾਨਾ, ਅਗਰ ਨਹੀਂ ਪੂਰੀ ਹੋਈ ਤਾਂ ਉਹਨੂੰ ਆਪਾਂ ਉਲਾਂਭਾ ਨਹੀਂ ਦੇਣਾ, ਉਹਨੂੰ ਉਲਾਂਭਾ ਨਹੀਂ ਦੇਣਾ ਵੀ ਤੂੰ ਮੇਰੀ ਇਹ ਅਰਦਾਸ ਪੂਰੀ ਨਹੀਂ ਕੀਤੀ। ਸੋ ਅਗਰ ਅਰਦਾਸ ਪੂਰੀ ਨਹੀਂ ਹੋਈ ਤਾਂ ਤੂੰ ਸਬਰ ਦਾ ਪਿਆਲਾ ਪੀ ਕੇ ਯਾਨੀ ਕਿ ਬੈਠ ਜਾ, ਇਹ ਸੋਚ ਕੇ ਮੇਰੀ ਝੋਲੀ ਜਿਹੜੀ ਹੈ ਹਲੇ ਉਸ ਚੀਜ਼ ਦੀ ਪ੍ਰਾਪਤੀ ਦੇ ਲਈ ਹਲੇ ਤਿਆਰ ਅਜੇ ਤਿਆਰ ਨਹੀਂ ਅਜੇ ਤਿਆਰ ਨਹੀਂ। ਇਹ ਇੱਕ ਗੱਲ ਬੜੀ ਇਹਦੇ 'ਚ ਆਪਾਂ ਕਾਫੀ ਸਾਰੇ ਮੇਰੇ ਖਿਆਲ ਜਿੰਨੇ ਵੀ ਆਪਾਂ ਬੈਠੇ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਹਾਂ, ਬਹੁਤ ਸਾਰੇ ਜਿਨ੍ਹਾਂ ਨੂੰ ਕਿ ਮਾਤਾ ਪਿਤਾ ਹੋਣ ਦਾ ਗੁਰੂ ਦੀ ਮਿਹਰ ਦੇ ਨਾਲ ਇਹ ਰੁਤਬਾ ਹਾਸਲ ਹੋਇਆ ਹੋਏਗਾ, ਜੇ ਅਸੀਂ ਉਸ ਨਜ਼ਰੀਏ ਤੋਂ ਵੇਖੀਏ ਤਾਂ ਕਈ ਵਾਰੀ ਬੱਚੇ ਬੜਾ ਕੁਝ ਮੰਗਦੇ ਨੇ ਸਾਡੇ ਕੋਲੋਂ ਕਿ ਮੈਨੂੰ ਆਹ ਲਿਆ ਦਿਉ, ਮੈਨੂੰ ਆਹ ਲਿਆ ਦਿਉ, ਪਰ ਸਿਆਣੇ ਮਾਪੇ ਉਹੀ ਚੀਜ਼ ਲਿਆ ਕੇ ਦਿੰਦੇ ਨੇ ਜਿਹੜੀ ਉਹ ਸਮਝਦੇ ਨੇ ਕਿ ਇਹਦੇ ਵਾਸਤੇ ਇਸ ਵੇਲੇ ਸਹੀ ਹੈ। ਸਹੀ ਹੈ, ਕਈ ਵਾਰੀ ਬੱਚੇ ਕਈ ਖਤਰਨਾਕ ਖਿਡੌਣੇ ਮੰਗਦੇ ਨੇ, ਕੋਈ ਐਸੀਆਂ ਚੀਜ਼ਾਂ ਮੰਗਦੇ ਨੇ ਜਿਹੜੀ ਉਹਨਾਂ ਦੀ ਸਿਹਤ ਲਈ ਚੰਗੀਆਂ ਨੇ, ਉਹਨਾਂ ਨੂੰ ਨਹੀਂ ਪਤਾ ਕਿ ਉਹ ਉਹਨਾਂ ਦੇ ਵਾਸਤੇ ਹਾਨੀਕਾਰਕ ਨੇ, ਪਰ ਉਹ ਮੰਗਦੇ ਨੇ ਅਤੇ ਕਈ ਵਾਰੀ ਜਦ ਨਹੀਂ ਮਿਲਦੀ ਤਾਂ ਰੋਂਦੇ ਵੀ ਨੇ। ਅਤੇ ਮੇਰੇ ਖਿਆਲ ਆਪਣੀ ਜ਼ਿੰਦਗੀ ਦੇ ਇਸ ਛੋਟੇ ਜਿਹੇ ਇਸ ਗੱਲ ਨੂੰ, ਇਸ ਨਜ਼ਰੀਏ ਨੂੰ ਜੇ ਆਪਾਂ ਆਪਣੇ ਰੱਬ ਦੀ ਨਾਲ ਜਿਹੜੀ ਸਾਂਝ ਹੈ ਜੇ ਉਹਦੇ ਵਿੱਚ ਲੈ ਆਈਏ ਤਾਂ ਫਿਰ ਅਸੀਂ ਸਮਝ ਆਵਾਂਗੇ ਕਿ ਉਹ ਵੀ ਸਾਡਾ ਪਿਤਾ ਹੈ, ਉਹੀ ਸਾਡਾ ਮਾਤਾ ਹੈ, ਉਹ ਸਮਝਦਾ ਹੈ, ਉਹਨੂੰ ਪਤਾ ਕਿਹੜੇ ਵੇਲੇ ਇਹਨੂੰ ਕਿਹੜੀ ਚੀਜ਼ ਦੇ। ਗੱਲ ਚੱਲ ਰਹੀ ਸੀ ਆਪਣੀ ਕਿ ਜਿਹੜੀ ਸਾਡਾ ਦੁਖੀ ਹੋਣ ਦਾ ਕਾਰਨ ਕੀ ਹੈ ਕਿ ਸਾਡੀਆਂ ਲੋੜ ਤੋਂ ਵੱਧ ਆਸ਼ਾਵਾਂ, ਆਸ਼ਾਵਾਂ, ਮਨੁੱਖ ਚਾਹੁੰਦਾ ਮੇਰੇ ਕੋਲ ਆਹ ਹੋਵੇ, ਮੇਰੇ ਕੋਲ ਆਹ ਹੋਵੇ, ਜਦੋਂ ਨਹੀਂ ਹੁੰਦਾ ਤਾਂ ਫਿਰ ਉਹ ਦੁਖੀ ਹੁੰਦਾ। ਹੁਣ ਇਹਦੇ ਬਾਰੇ ਗੁਰਬਾਣੀ ਵਿੱਚ ਫਰਮਾਨ ਹੈ, ਆਸਾ ਵਿੱਚ ਅਤ ਦੁੱਖ ਘਨਾ ਜੀ, ਆਸਾਂ ਵਿੱਚ ਅਤ ਦੁੱਖ ਘਨਾ, ਮਨ ਮੁੱਖ ਚਿੱਤ ਲਾਇਆ, ਮਨ ਮੁੱਖ ਚਿੱਤ ਲਾਇਆ,
ਗੁਰਮੁਖ ਭੈ ਨਿਰਾਸ ਪਰਮ ਸੁਖ ਪਾਇਆ। ਹੁਣ ਜਿਹੜੇ ਗੁਰੂ ਦੇ ਰਸਤੇ 'ਤੇ ਚੱਲਦੇ ਹਨ, ਗੁਰੂ ਦੇ ਰਸਤੇ 'ਤੇ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਦੇ ਹਨ, ਅਸੀਂ ਉਹਨਾਂ ਨੂੰ ਗੁਰਮੁਖ ਕਹਿੰਦੇ ਹਾਂ। ਦੂਸਰਾ, ਜਿਨ੍ਹਾਂ ਦਾ ਮੂੰਹ ਗੁਰੂ ਦੇ ਵੱਲ ਹੈ ਉਹਨੂੰ ਅਸੀਂ ਗੁਰਮੁਖ ਕਹਿੰਦੇ ਹਾਂ। ਗੁਰਮੁਖ ਭੈ ਨਿਰਾਸ ਪਰਮ ਸੁਖ ਪਾਇਆ, ਜਿਹੜੇ ਗੁਰਮੁਖ ਹਨ ਉਹ ਕਦੇ ਵੀ ਨਿਰਾਸ਼ ਨਹੀਂ ਹੁੰਦੇ, ਉਹ ਹਮੇਸ਼ਾ ਹੀ ਉਹ ਕਹਿੰਦੇ ਹਨ ਕਿ ਸਾਨੂੰ ਚੀਜ਼ ਮਿਲ ਗਈ ਅਤੇ ਤਾਂ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਨ। ਉਹ ਦੁੱਖ ਅਤੇ ਸੁੱਖ ਨੂੰ ਜਿਹੜਾ ਨਾ ਉਹ ਪਰਸਪਰ ਜਾਨੀ ਕਿ ਇੱਕੋ ਹੀ ਲੈ ਕੇ ਚੱਲਦੀ ਹੈ। ਇੱਕੋ ਉਹਨਾਂ ਦਾ ਜਾਨੀ ਕਿ ਉਹਨਾਂ ਦੇ ਵਾਸਤੇ ਕੋਈ ਚੀਜ਼ ਮਿਲ ਜਾਵੇ ਅਤੇ ਤਾਂ ਵੀ ਉਹ ਉਹਨਾਂ ਦੀ ਉਹੀ ਹਾਲਾਤ ਹੈ, ਜੇ ਉਹਨਾਂ ਕੋਲ ਕੋਈ ਚੀਜ਼ ਗੁਆਚ ਜਾਵੇ ਤਾਂ ਉਹੀ ਹਾਲਾਤ ਹੈ।